ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਤੇ ਦੇਖੋ ਜਿਵੇਂ ਤੁਹਾਨੂੰ ਪਿਛਲੇ ਵਲੌਗ ਚ ਦੱਸਿਆ ਸੀਗਾ ਵੀ ਇਹਦੀ ਸੈਲਫ ਨੂੰ ਪਤਾ ਨੀ ਕੀ ਹੋ ਗਿਆ ਤੇ ਸੁਬਾਹ ਹੋ ਗਈ, ਹੁਣ ਮਿਸਤਰੀ ਆਉਂਦਾ ਗਾ। ਉਹ ਵਾਲਾ ਵਲੌਗ ਤਾਂ ਮੈਂ ਰਾਤ ਹੀ ਸ਼ਡਿਊਲ ਕਰਤਾ ਸੀਗਾ ਤੇ ਉਹ ਤੁਸੀਂ ਦੇਖ ਲਿਆ ਹੋਊਗਾ। ਤੇ ਇਸ ਵੇਲੇ ਤਾਂ ਕਿੰਨੇ ਵਜੇ 7:45 ਹੋਏ ਆ, ਤੁਸੀਂ ਦੇਖ ਲਿਆ ਹੋਊਗਾ। ਆ ਗਿਆ ਆਪਣੇ ਮਿਸਤਰੀ ਜੀ, ਸੈਲਫ ਨੂੰ ਪਤਾ ਨੀ ਕੀ ਹੋ ਗਿਆ, ਟਿਕ 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 ਕਰੀ ਜਾਂਦੀ ਆ। बैटरी खराब लगती है। रुक जा रुक जा रुक जा। आप ट्रैक्टर ले आई तिने उ जॉन्डियर खड़ा अपना, ए मगर 12 फुटी पाई हुई है। ते वो अपना फोर्ड खड़ा गा, 16 फुटी ट्रैक्टर अपना उधर खड़ा गा, उधरले पासे खड़ा था कि राह बंद हो जाना सी। फिर ओ देखो सी खड़ा, तां जे देखदे आ 63 पावर वाले ट्रैक्टर दा जोर है ना डैडी। अगे तां 16 फुटी फोर्ड मगर पाई हुंदी आ, ऐतकी आपां उहदे मगर पा के देखदे आंगे 63 पावर वाले मगर किन्ना क जोर मारदा। ते मशीन आ गई अपनी, देख लो तुसीं हुण बढ़न लग गई। ਤੇ ਹੁਣ ਆਪਾਂ ਬਹਿ ਗਏ ਡਾਕਟਰ ਤੇ, ਡੈਡੀ ਹੁਣੀ ਰੋਟੀ ਖਾਣ ਗਏ। ਤੇ ਜੌਂਡੀਅਰ ਦਾ ਸੈਲਫ ਨੀ ਖਰਾਬ ਸੀਗੀ, ਜੌਂਡੀਅਰ ਦੇ ਉਹੀ ਬੈਟਰੀ ਡਾਊਨ ਹੋ ਗਈ ਸੀਗੀ ਤੇ ਆਪਾਂ ਬੈਟਰੀ ਫੋਰਡ ਨਾਲ ਚੇਂਜ ਕਰਕੇ ਫੋਰਡ ਤਾਂ ਸਟਾਰਟ ਕਰ ਲਿਆ ਸੀਗਾ ਆਪਾਂ, ਤੇ ਹੁਣ ਫੋਰਡ ਵੀ ਸਟਾਰਟ ਹੋ ਹੀ ਜਾਂਦਾ ਗਾ। ਤੇ ਹੁਣ ਆਥਣੇ ਦੇਖਾਂਗੇ, ਬੈਟਰੀ ਚੇਂਜ ਕਰ ਲਾਂਗੇ ਆਥਣੇ ਵੀ ਕੀ ਪ੍ਰੋਬਲਮ ਆ। ਜੌਂਡੀਅਰ ਚ ਵੀ ਚਾਰਜ ਨੀ ਕਰਦਾ ਬੈਟਰੀ, ਨੀ ਜੇ ਬੈਟਰੀ ਚ ਪ੍ਰੋਬਲਮ ਹੋਈ ਫਿਰ ਬੈਟਰੀ ਬਦਲਣੀ ਪਊਗੀ ਆਪਾਂ ਨੂੰ। ਆਥਣੇ ਦੇਖਾਂਗੇ ਕੀ ਬਣਦਾ ਗਾ। ਤੇ ਹੁਣ ਤੁਸੀਂ ਫਿਲਹਾਲ ਦੇਖੋ ਵੀ ਮੱਕੀ ਵੱਢਦੇ ਆਂਗੇ, ਤੇ ਅੱਜ ਥੋਂ ਸੁੱਕਾ ਹੀ ਹੈਗਾ, ਕੋਈ ਚਾਂਸ ਹੈ ਨੀਗਾ ਟਰੈਕਟਰ ਤੋਂ ਸੁਣਦਾ। ਵਧੀਆ ਗੱਲ ਆ ਵੈਸੇ, 16 ਫੁੱਟੀ ਟਰਾਲੀ ਆਪਣੇ ਇਹਦੇ ਮਗਰ ਪਾਈ ਹੋਈ, 55 ਮਗਰ ਪਾਈ ਹੋਈ ਹੈਗੀ। ਅੱਜ ਦਾ ਜ਼ੋਰ ਜ਼ੋਰ ਦੇਖਦੇ ਆਂਗੇ ਕਿਵੇਂ ਕੱਢਦਾ ਗਾ ਖੱਤੇ ਚੋਂ ਬਾਹਰ। ਤੇ ਪਹਿਲਾਂ ਇਹੀ ਭਰਨ ਲੱਗ ਗਏ ਤੇ ਇਹੀ ਭਰ ਕੇ ਤੋੜ ਦਾਂਗੇ, ਫਿਰ ਉਹ ਦੂਆ ਉਹ ਆਪਣੀ 12 ਫੁੱਟੀ ਭਰ ਲਾਂਗੇ। ਤੇ ਦੇਖੋ ਅੱਗੇ ਅੱਗੇ ਵਲੌਗ ਬਸ। ਚਾਚਾ ਕਿਹਨੂੰ ਟੋਚਨ ਪਾਈ ਜਾਂਦਾ, ਹਜੇ ਤਾਂ ਲੋੜ ਹੀ ਨੀ ਹੈਗੀ, ਜਦੋਂ ਪਹਿਲਾਂ ਹੀ ਕੱਢ ਲਿਆਂਦਾ। ਦੇਖੀ ਕੰਬਾਈਨ ਨੂੰ ਤਾਂ ਨੀ ਪਾਉਣਾ ਤੇ ਆਪਦੇ ਨਾਲ, ਉਹਦੇ ਲੈ ਗਿਆ ਖਿੱਚ ਕੇ। ਕਿੱਥੇ ਦੱਬਦਾ ਤੂੰ ਤਾਂ ਹੈ ਗੁਰੀ ਵੀਰੇ, ਤੂੰ ਤਾਂ ਕਹਿੰਦਾ ਸੀਗਾ ਵੀ ਉਹ ਸੰਗਲ ਚੱਕਿਆ ਨੀ ਗੁਜ਼ਾਰੇ ਚਾਚੇ ਤੋਂ, ਉਹਦੇ ਲਈ ਜਾਂਦਾ ਨਾ 11:59 ਵਾਂਗੂ। ਡੀਟੀ ਚੌਦਾਂ ਸਵਾਗਤ ਹੈ ਜੀ ਤੁਹਾਡਾ, ਸਵਾਗਤ ਹੈ ਜੀ ਤੁਹਾਡਾ, ਥੈਂਕ ਯੂ। ਲਿਆਓ ਜੀ ਸਾਡਾ ਪਰਨਾ ਦੇ ਦੋ ਜੀ, ਬੰਨ ਲਈ ਅਸੀਂ ਮੂੰਹ ਤੇ ਨਹੀਂ ਕਾਲੇ ਹੋ ਜਾਂਗੇ ਵੱਧ। ਕਹਿੰਦੇ ਮੇਰੇ ਵੀਰੇ ਸਰਾ ਹੋ ਗਿਆ, ਸਰਾ ਪਾਣੀ ਲਿਆਇਆ ਚਾਚਾ, ਸਰਾ ਕਰਾ ਦਾ ਚਾਚਾ, ਤੈ ਬਾਲਟੀ ਲਿਆਂਦੀ ਹੈ, ਕਹਿੰਦੇ ਸਰਾ ਕਰਾ ਤਾ ਮੇਰੇ ਵੀਰੇ। ਆ ਗਈ ਮਸ਼ੀਨ ਲਾਈਏ ਟਰਾਲੀ ਲਵੇ, ਪਾਣੀ ਪੂਣੀ ਨੀ ਹੁਣ ਪੀਣ ਦਿੰਦੇ ਅਸੀਂ, ਲੈ ਜਾਂਗੇ। ਖਾਲਾ ਮੋੜਨਾ,
ट्राली बहर कड के देती ते हुण गुरी दा डैडी चलिया लैके। देखो तुसीं 16 फुट ट्राली ओके बाय 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 टाटा दुबारे 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 बाय टाटा आए ते हुण आपां दूजे जांडियो ते बह गए अपने 53-5 ते मशीन उधरों बड़े आ थोड़ा जिहा रहिंदा सीगा इहनूं वढ के रख घेरा तां कंप्लीट हो जूगा फिर इधरले घेरे च चल देंगे। ये 13 बिघे का घेरा गा ते आ हैगा गा 4 किलियां का ते उधर 3 किलियां का ਇਹ ਘੇਰੇ ਅੱਜ ਵੱਢਾਂਗੇ ਤੇ ਬਾਕੀ ਕੱਲ ਨੂੰ ਵੱਢਾਂਗੇ। ਉਹਦਾ ਤੇ ਵੱਢ ਕੀ ਪਾ ਦੂਆ ਨਾ ਇੰਨਾ ਕੁ ਤਾਂ ਪਹਿਲਾਂ ਉਧਰੋਂ ਕਿੰਨਾ ਕੁ ਭਰਿਆ ਹੋਊਗਾ ਪਰਾਗਣਾ ਥੋੜਾ ਜਿਹਾ ਹੀ ਸੀ ਹਨਾ ਤੇ ਹੁਣ ਆਪਾਂ ਦੂਜੇ ਘੇਰੇ ਚ ਆ ਗਏ ਤੇ ਟਰੈਕਟਰ ਆਪਣਾ ਸੜਕ ਦੀ ਖੜਾ ਹੈਗਾ ਤੇ ਮਸ਼ੀਨ ਵਾਲੇ ਗੇੜਾ ਲਾਉਂਦੀ ਹੈਗੀ ਤੇ ਫਿਰ ਵਿੱਚ ਵਾੜਾਂਗੇ ਕਿਉਂਕਿ ਉਧਰਲੇ ਪਾਸੇ ਗਿੱਲਾ ਹੈਗਾ ਪਹਿਲਾਂ ਦਾ ਹੀ ਪਤਾ ਹੀ ਸੀਗਾ ਸਾਨੂੰ ਕਿਸੇ ਉਧਰ ਪਾਣੀ ਟੁੱਟ ਗਿਆ ਤੇ ਉਧਰ ਦੇਖ ਕੇ ਨੰਘਾਉਣਾ ਪੈਣਾ ਹੈਗਾ ਜੇ ਧੁੱਸ ਗਿਆ ਫਿਰ ਤਾਂ ਔਖਾ ਹੋ ਜੂਗਾ ਕੰਮ ਤੇ ਲੈ ਕੇ ਚੱਲ ਦਿਆਂਗੇ ਬਸ ਚੱਲਿਆ ਮੈਂ ਬਾਏ ਬਾਏ ਕਰਦੇ ਬਾਏ ਬਾਏ ਤੇ ਹੁਣ ਮੈਂ ਲੈ ਕੇ ਚੱਲਿਆ ਟਰਾਲੀ ਤੇ ਇਹਦੇ ਟਾਇਰ ਚ ਹਵਾ ਘੱਟ ਗਈ ਸੀਗੀ ਜਿਵੇਂ ਤੁਸੀਂ ਪਿੱਛੇ ਕਲਿੱਪ ਦੇਖੀ ਤਾਂ ਹੀ ਨੀ ਚੜਿਆ ਹੈਗਾ ਟਰੈਕਟਰ ਸਮਾਰ ਕੇ ਤੇ ਹੁਣ ਟਾਇਰ ਚ ਹਵਾ ਭਰਾਉਣੇ ਆਗੇ ਕਿਉਂ ਮਾਡ ਮਾਮਾ ਲੋਟ ਆ ਸੱਟਾਂ ਮੈਂ ਕਿਹਾ ਲਾ ਦੀ ਟਰਾਲੀ ਪਰ ਜਾਈਏ ਅਸੀਂ ਠੀਕ ਆ ਓਏ ਆ ਜਾ ਮੂਹਰੇ ਆ ਜਾ ਹੱਥ ਵਾਲੀ ਦੇ ਦੋ ਤੇ ਮੱਕੀ ਵੱਢੀ ਜਾਂਦੇ ਆਗੇ ਤੇ ਉਹ ਆਪਣਾ ਜੌਂਡੀਅਰ ਖੜਾ ਗਾ ਤੇ ਇਧਰ ਦੂਜਾ ਖੜਾ ਗਾ ਤੇ ਆਹ 4 ਕਿੱਲੇ ਤਾਂ ਵੱਢੀ ਦੂਗੀ ਅੱਜ ਤੇ ਕੁੱਲ 10 ਕਿੱਲੇ ਸੀਗੇ 10 ਕਿੱਲੇ 10 ਹੀ ਸੀਗੇ ਤੇ ਅੱਜ 10 ਕਿੱਲੇ ਜੇ ਵੱਢ ਦੂਗੀ ਫਿਰ ਤਾਂ ਬਹੁਤ ਵਧੀਆ ਗੱਲ ਆ ਬਾਕੀ ਕੱਲ ਨੂੰ ਵੱਢਾਂਗੇ 4 ਕਿੱਲੇ ਉਧਰ ਰਹਿੰਦੇ ਆਗੇ ਤੇ 4 ਕਿੱਲੇ ਹੀ ਇੱਥੇ ਰਹਿੰਦੇ ਆਗੇ ਉਹ ਸਾਹਮਣੇ ਦੇਖ ਲਓ ਤੁਸੀਂ ਇੱਥੋਂ ਦੀਦੀ ਹੋਊਗੀ 4 ਕਿੱਲੇ ਉਹ ਰਹਿੰਦੇ ਆ 4 ਕਿੱਲੇ ਉਧਰ ਪਰਾਂ ਰਹਿੰਦੇ ਆਗੇ ਤੇ ਉਹ ਕੱਲ ਨੂੰ ਵੱਢ ਤੇ ਹੁਣ ਮੈਂ ਘਰੇ ਜਾ ਕੇ ਆਇਆ ਸੀਗਾ ਥੋੜਾ ਜਿਹਾ ਫਰੈਸ਼ ਹੋ ਕੇ ਆਇਆ ਹੈਗਾ ਮੂੰਹ ਹੱਥ ਧੋ ਕੇ ਤੇ ਫਰੈਸ਼ ਹੋ ਕੇ ਆ ਗਿਆ ਮੈਂ ਦੁਬਾਰੇ ਤੇ ਹੁਣ ਦੁਬਾਰੇ ਬਹਿੰਦੇ ਹਾਂ ਟਰੈਕਟਰ ਤੇ ਉਧਰ ਮਸ਼ੀਨ ਵੱਢੀ ਜਾਂਦੀ ਹੈਗੀ ਤੇ ਹੁਣ ਅਸੀਂ ਵੱਢਤੀ ਮੱਕੀ ਸਾਰੀ ਲਗਭਗ 10 ਵੱਜ ਗਏ ਤੇ ਔਖੀ ਸੌਖੀ ਵੱਢਤੀ ਤੇ ਹੁਣ ਚੱਲੇ ਆਗੇ ਦਾਣਾ ਮੰਡੀ ਚ 11-12 ਵੱਜ ਜਾਣੇ ਆ ਦਾਣਾ ਮੰਡੀ ਚ ਜਾਂਦੇ ਜਾਂਦੇ ਤੇ ਆਉਣ ਲੱਗੇ 1-2 ਵੱਜਣਗੇ ਤੇ ਅਸੀਂ ਜਾਣੇ ਆਗੇ ਤੇ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰ ਦਿਆਂਗੇ ਓਕੇ ਬਾਏ ਟਾਟਾ।